ਪੰਜਾਬੀ ਏਕਤ ਜਨ ਲਿਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਸਰਕਾਰ ਨੇ ਨਜਾਇਜ਼ 43 ਏਕੜ 5 ਕਨਾਲ ਜ਼ਮੀਨ ਤੇ ਵੱਡੀ ਕਾਰਵਾਈ ਕੀਤੀ ਹੈ। ਇਹ ਜਾਣਕਾਰੀ ਡੀਸੀ ਪਟਿਆਲਾ ਨੇ ਟਵੀਟ ਕਰਕੇ ਦਿੱਤੀ ਹੈ। ਉਹਨਾਂ ਨੇ ਟਵੀਟ ਵਿੱਚ ਲਿਖਿਆ ਕਿ ਪੇਂਡੂ ਵਿਕਾਸ ਪੰਚਾਇਤ ਵਿਭਾਗ ਨੇ ਮਾਲ ਵਿਭਾਗ ਤੇ ਪੁਲਿਸ ਦੇ ਸਹਿਯੋਗ ਨਾਲ 43 ਏਕੜ 5 ਕਨਾਲ ਜ਼ਮੀਨ ਤੋਂ ਭਗਵੰਤ ਮਾਨ ਦੇ ਹੁਕਮਾਂ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਬਜ਼ਿਆਂ ਹੇਠ ਛੁਡਵਾਈਆਂ ਇਹਨਾਂ ਜ਼ਮੀਨਾਂ ਦੀ ਖੁੱਲ੍ਹੀ ਬੋਲੀ ਕਰਕੇ ਪਾਰਦਰਸ਼ੀ ਢੰਗ ਨਾਲ ਚਕੋਤੇ ਤੇ ਚੜਾਇਆ ਜਾਵੇਗਾ। ਪੰਜਾਬ ਵਿੱਚ ਫਸਲੀ ਵੰਨ ਸਵੰਤਾਂ ਨੂੰ ਹੁਲਾਰਾ ਦੇਣ ਅਤੇ ਪਾਣੀ ਦੇ ਕੁਦਰਤੀ ਸਰੋਤ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਮੂੰਗੀ ਦੀ ਫਸਲ ਲਈ ਘੱਟੋ ਘੱਟ ਸਮਰਥਨ ਮੁੱਲ ਦਾ ਐਲਾਨ ਕੀਤਾ ਹੈ। ਭਗਵੰਤ ਮਾਨ ਨੇ ਮੂੰਗੀ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਉਹਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦੇਗੀ, ਬਸ਼ਰਤੇ ਉਹ ਮੂੰਗੀ ਦੀ ਵਾਢੀ ਮਗਰੋਂ ਉਸ ਖੇਤ ਵਿੱਚ 126 ਕਿਸਮ ਜਾਂ ਬਾਸਮਤੀ ਦੀ ਬਿਜਾਈ ਕਰਨ, ਕਿਉਂਕਿ ਇਹ ਦੋਵੇਂ ਫਸਲਾਂ ਪੱਕਣ ਵਿੱਚ ਬਹੁਤ ਘੱਟ ਸਮਾਂ ਲੈਂਦੀਆਂ ਹਨ, ਨਾਲ ਹੀ ਝੋਨੇ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਘੱਟ ਪਾਣੀ ਦੀ ਲੋੜ ਹੁੰਦੀ ਹੈ। ਸੀਐਮ ਮਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਤੇ ਮੂੰਗੀ ਖਰੀਦਣ ਦਾ ਭਰੋਸਾ ਦਿੱਤਾ ਹੈ। ਨਵੀਂ ਪਾਰਟੀ ਬਣਾਉਣ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਦੀ ਅਨੁਸ਼ਾਸਨ ਕਮੇਟੀ ਵੱਲੋਂ ਹੋਣ ਵਾਲੀ ਮੀਟਿੰਗ ਦੇ ਸੰਬੰਧ ਵਿੱਚ ਜਵਾਬ ਦਿੰਦੇ ਹੋਏ ਕਿਹਾ ਕਿ ਪਾਰਟੀ ਦੇ ਕਿਸੇ ਫੈਸਲੇ ਤੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਉਹਨਾਂ ਮੁੱਦਿਆਂ ਤੇ ਅੱਜ ਵੀ ਖੜਾ ਹਾਂ ਜੋ ਮੈਂ ਸ਼ੁਰੂ ਤੋਂ ਲੜਦਾ ਆਇਆ ਹਾਂ, ਅਤੇ ਉਹਨਾਂ ਨੇ ਨਵੀਂ ਪਾਰਟੀ ਬਣਾਉਣ ਨੂੰ ਝੂਠ ਤੇ ਅਫਵਾਹ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਜਦੋਂ ਵੀ ਪਾਰਟੀ ਦਾ ਐਲਾਨ ਕਰਨਗੇ ਡੰਕੇ ਦੀ ਚੋਟ ਤੇ ਕਰਨਗੇ। ਪੰਜਾਬ 'ਚ ਸੱਤਾ ਦੇ ਕਾਬਜ ਹੁੰਦਿਆਂ ਹੀ ਮਾਨ ਸਰਕਾਰ ਐਕਸ਼ਨ ਮੋਡ ਵਿੱਚ ਹੈ। ਸੀਐਮ ਭਗਵੰਤ ਮਾਨ ਵੱਲੋਂ ਲੋਕਾਂ ਦੀ ਭਲਾਈ ਲਈ ਵੱਡੇ ਵੱਡੇ ਫੈਸਲੇ ਲਏ ਜਾ ਰਹੇ ਹਨ। ਇਸ ਵਿਚਾਲੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਲੰਧਰ ਦੇ ਇੱਕ ਪਿੰਡ ਵਿੱਚ ਮਸ਼ਹੂਰ ਗਾਇਕ ਹੰਸਰਾਜ ਹੰਸ ਦੇ ਪੁੱਤਰ ਨੇ 20 ਏਕੜ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰੀ ਜ਼ਮੀਨ ਦਾ ਕਬਜ਼ਾ ਲੈਣ ਤੋਂ ਪਹਿਲਾਂ ਅਸੀਂ ਹੰਸਰਾਜ ਹੰਸ ਨਾਲ ਗੱਲ ਕਰਕੇ ਉਹਨਾਂ ਨੂੰ ਇਹ ਕਬਜ਼ਾ ਛੱਡਣ ਦੀ ਅਪੀਲ ਕਰਾਂਗੇ, ਤੇ ਨਾਲ ਹੀ ਕੈਬਨਿਟ ਮੰਤਰੀ ਨੇ ਦੱਸਿਆ ਕਿ 25 ਅਪ੍ਰੈਲ ਤੋਂ ਬਾਅਦ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਮੋਹਾਲੀ, ਅੰਮ੍ਰਿਤਸਰ, ਪਟਿਆਲਾ ਤੇ ਜਲੰਧਰ ਦੇ ਪਿੰਡਾਂ ਵਿੱਚ ਹੁਣ ਤੱਕ 100 ਏਕੜ ਦੇ ਕਰੀਬ ਪੰਚਾਇਤੀ ਜ਼ਮੀਨ ਛੁਡਾਈ ਜਾ ਚੁੱਕੀ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਅਮਰਿੰਦਰ ਸਿੰਘ ਰਾਜਾਵੜਿੰਗ ਨੇ ਭਗਵੰਤ ਮਾਨ ਤੇ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਸੰਭਾਲਣ 'ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਹੈ। ਰਾਜਾਵੜਿੰਗ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਿੱਚ ਅਸਫਲ ਰਹੀ ਹੈ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਮਨ ਕਾਨੂੰਨ ਦੇ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਉਠਾਉਣ ਦੀ ਅਪੀਲ ਕੀਤੀ। ਰਾਜਾਵੜਿੰਗ ਨੇ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬ ਅਰਾਜਕਤਾ ਵੱਲ ਵੱਧ ਰਿਹਾ ਹੈ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਕਿਰਪਾ ਕਰਕੇ ਕਾਰਵਾਈ ਕਰੋ। ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਖੇਤੀ ਨਾਲ ਸੰਬੰਧਿਤ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਸਰਕਾਰ ਨੇ ਕੀਤਾ ਉਹਦਾ ਐਲਾਨ ਕਰਨ ਲੱਗੇ ਕਿ ਜਿਹੜੇ ਕਿਸਾਨ ਮੂੰਗੀ ਬੀਜਣਾ ਚਾਹੁੰਦੇ ਨੇ, ਮੂੰਗ ਦੀ ਦਾਲ ਜਿਹੜੀ ਹੈ ਉਹ, ਕਿਉਂਕਿ 55 ਦਿਨਾਂ ਦੇ ਵਿੱਚ ਉਹ ਮੂੰਗੀ ਜਿਹੜੀ ਹੈ ਉਹ ਪੱਕ ਜਾਂਦੀ ਹੈ, ਤਾਂ ਸਾਡੇ ਕੋਲ ਟਾਈਮ ਹੈਗਾ। ਜੇ ਉਹ 10 ਮਈ ਤੱਕ, 15 ਮਈ ਤੱਕ, 20 ਮਈ ਤੱਕ ਵੀ ਆਪਣੇ ਖੇਤ ਦੇ ਵਿੱਚ ਮੂੰਗੀ ਦੀ ਫਸਲ ਬੀਜਣਗੇ ਤਾਂ 55 ਦਿਨਾਂ 'ਚ ਤਿਆਰ ਹੋ ਜੂਗੀ, ਉਹ 10 ਜੁਲਾਈ 15 ਜੁਲਾਈ ਤੱਕ ਚਲੀ ਜਾਊਗੀ। ਤਾਂ ਉਸ ਤੋਂ ਬਾਅਦ ਝੋਨੇ ਦੀ 126 ਜਿਹੜੀ ਕਿਸਮ ਹੈ ਉਹਦੀ ਬਿਜਾਈ ਜਾਂ ਬਾਸਮਤੀ ਬੀਜੀ ਜਾ ਸਕਦੀ ਹੈ। ਅਸੀਂ ਮੂੰਗੀ ਦੀ ਫਸਲ 'ਤੇ MSP ਦਾ ਐਲਾਨ ਕਰਦੇ ਹਾਂ। ਜਿੰਨੀ ਵੀ ਮੂੰਗੀ ਦੀ ਪੈਦਾਵਾਰ ਤੁਹਾਡੀ ਫਸਲ 'ਚ ਹੋਊਗੀ ਤੁਹਾਡੇ ਖੇਤ 'ਚ, ਉਹਨੂੰ MSP 'ਤੇ ਗੌਰਮੈਂਟ ਪ੍ਰਕਿਓਰ ਕਰੂਗੀ। ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਜੇ ਤੁਸੀਂ ਮੂੰਗੀ ਬੀਜਣਾ ਚਾਹੁੰਦੇ ਹੋ ਤਾਂ ਮੂੰਗੀ ਦੀ ਫਸਲ ਜ਼ਰੂਰ ਬੀਜੋ, ਅਤੇ ਉਸ ਤੋਂ ਬਾਅਦ ਇੱਕ ਸ਼ਰਤ ਹੈ ਕਿ ਤੁਸੀਂ ਝੋਨੇ ਦੀ 126 ਜਾਂ ਬਾਸਮਤੀ ਜਿਹੜੀ ਹੈ ਉਹ ਫਸਲ ਨੂੰ ਆਪਣੇ ਖੇਤਾਂ ਦੇ ਵਿੱਚ ਉਗਾਓਗੇ। ਇਹ ਪਹਿਲੀ ਵਾਰ ਹੋ ਰਿਹਾ ਕਿ ਝੋਨੇ ਅਤੇ ਕਣਕ ਤੋਂ ਬਿਨਾਂ ਪੰਜਾਬ ਦੇ ਵਿੱਚ ਮੂੰਗੀ ਦੀ ਫਸਲ 'ਤੇ MSP ਗੌਰਮੈਂਟ ਜਿਹੜੀ ਹੈ ਉਹ ਸ਼ੋਰ ਕਰਦੀ ਹੈ। ਸੋ ਮੂੰਗੀ ਦੀ ਫਸਲ ਜਿਹੜੀ ਹੈ ਉਹ ਤੁਸੀਂ ਬੀਜੋ, 55 ਦਿਨਾਂ 'ਚ ਪੱਕ ਕੇ ਤਿਆਰ ਹੋ ਜਾਊਗੀ। ਉਸ ਤੋਂ ਬਾਅਦ ਤੁਸੀਂ ਝੋਨੇ ਦੀ 126 ਜਾਂ ਬਾਸਮਤੀ ਦੀ ਕਿਸਮ ਜਿਹੜੀ ਹੈ ਉਹ ਆਪਣੇ ਬਿਜਾਈ ਕਰ ਸਕਦੇ ਹੋ। ਸੋ ਇਹ ਇੱਕ ਸਮਝ ਲਓ ਐਕਸਟਰਾ ਇੱਕ ਵੱਧ ਫਸਲ ਮਿਲ ਗਈ 55 ਦਿਨਾਂ ਦੇ ਵਿੱਚ ਤੁਹਾਨੂੰ ਕਣਕ ਅਤੇ ਝੋਨੇ ਦੇ ਵਿਚਾਲੇ ਇੱਕ ਵੱਧ ਫਸਲ ਮਿਲੂਗੀ। ਜਿੰਨੀ ਵੀ ਉਹਦੀ MSP ਤੈਅ ਹੈ ਉਹਦੇ 'ਤੇ ਅਸੀਂ ਮੂੰਗੀ ਨੂੰ ਅਸੀਂ ਚੁੱਕਾਂਗੇ, ਮੂੰਗੀ ਨੂੰ ਅਸੀਂ ਪ੍ਰਕਿਓਰ ਕਰਾਂਗੇ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਫਿਰ ਜੇ ਤੁਸੀਂ ਉਪਦੇਸ਼ ਦਿੰਦੇ ਹੋ ਤਾਂ ਆਪਣੇ 'ਤੇ ਵੀ ਤਾਂ ਲਾਗੂ ਕਰੋ ਨਾ। ਆਖੇ ਜੀ ਲੋਕਾਂ ਨੂੰ ਕੀ ਸਿਕਿਉਰਿਟੀ ਦੀ ਲੋੜ ਹੈ, ਫਿਰ ਤੁਹਾਡੇ ਭੈਣ ਜੀ ਨੂੰ ਕੀ ਲੋੜ ਹੈ?
मैं परसनल वार नहीं करता, लेकिन परसनल वार आपदे वाले भी, आपदे वाले भी झाती मारना तू, मतलब नहीं यार सुन, मतलब जो कोई लीडर मरू उदो जागेगा वो तू, मतलब अभी उस काले दौर चो गुजरे हाँ जो हजारा लीडर मर गए, तू उ लोगों कह रहे हैं भी मुर्गी खाने खोल लो, ए टैंक क्यों ना खोलिया जो दो बार हरे हरे तू या तेरिया जमानत जब्त हुई है, शर्म करो यार की मतलब तुम एक की दिखा रहे हो तुम दुनिया, फिर आपकी पीढ़ी थले सोटा मार, आपकी पीढ़ी थले सोटा मार ना, तेरे रिश्तेदार रिश्तेदार ते लोकां दी आपदी जिहड़े जिते हुए एमएलए है उन्हां दी सिक्योरिटी सिक्योरिटी नहीं, मतलब गल नूं समझो कि जिहड़े तू गल्लां कर रहा पैसे बचाउण दीआं, 45 लाख रुपया आरटीएच निकले तू जाके उत्थे प्रचार करके आया और कूड़ प्रचार करके आया झूठा, असीं करप्शन दूर करती वाह उतरे, जमाना बीत गया 50 साल करप्शन दूर नहीं हुई तो तू करप्शन दूर कर गया, तो तुम चीफ मिनिस्टर हो वो गरमा रखो, दरबार साहब के बिच थोड़े भैन जी के आले दुआले 10-15 बंदे घूम रहे क्यों बई है, करके दिखा ना फिर, इफ यू प्रैक्टिस what you preach I will not say anything wari jehda red handed padya gaya si ludhiana ch aur us to baad padwariyan ne ohde phadan de bawajood strike call kar ditti aur ohde vich ajj main maanjog sade bahut hi lokpriya mukhmantri bhagwant maan ji da vallon ik sare padwariyan nu sare afsar sahiban nu eh appeal jari kar reha ki eh jehdi उन्होंने स्ट्राइक की है ये बिल्कुल ठीक नहीं है, एक बंदा रंगे हथी फड़िया गया, किसी की कंप्लेंट से फड़े जाते बंदे, विजिलेंस किसी की कंप्लेंट से कार्रवाई करती है जो कोई बंदा रिश्वत लेना नहीं हटता, तो मानयोग मुख्यमंत्री क्योंकि मेरे को डिपार्टमेंट है इस करके मेरी ड्यूटी लगी है मानयोग मुख्यमंत्री वालों, तो मैं जिन्हें भी पटवारी साहबान हैं उन्होंने कहना भी जी थोड़ी स्ट्राइक है ये बिल्कुल गैर कानूनी है, तुहानू आप इस गल नू समझना चाहिए भी इदा का जिहड़ा रैड हैंडड बंदा फड़िया जाता वो समाज के इन्हां पटवारियों की बाकिया की इज्जत भी जिहड़ी है वो अच्छी नहीं रहेगी इदा दी स्ट्राइक करन दे नाल, सो उन्हां नू बार बार मेरे वालों यही अपील है मानयोग मुख्यमंत्री उन्हां दी नुमाइंदगी दे विच मैं ये गल कर रहा भी ये जिहड़े सारे अपनी स्ट्राइक नू वापस लैण, इन्हां नाल पहलां भी असीं गल कीती है पटवारियों नाल बह के बाकी डिपार्टमेंटा नाल, मुख्यमंत्री साहब ने पहलां भी इन्हां नूं टाइम दित्ता सीगा जिहदे विच इक वारी मैं भी शामिल होया मुख्यमंत्री हाउस दे विच उस मीटिंग दे विच, ते अगर इन्हां नूं कोई लगदा इन्हां दी कोई गल हैगी है ये जरूर साडे नाल आ के मेरे नाल आ के चर्चा कर सकदे आ के, मैं जदों मर्जी इन्हां नूं मैं इत्थों अज इन्हां नूं कॉल करदा भी मेरे को जदों मर्जी आउण, लेकिन आ जिहड़ा इक रैड हैंडड बंदा फड़िया गया और उहदे घरों 33 रजिस्ट्रियां घरों मिलियां 25 लाख रुपए खाते च मिले जिन्हां दा इन्हां ने जस्टिफिकेशन देने की गल की है, असीं कहिंदे चलो कुछ गल्लां ठीक हो सकदियां असीं इह नहीं कहिंदे, लेकिन जिहड़ियां देखो वह लंबड़दारी भी कर रहा जिहड़ा कि एक गैर कानूनी सीगा, कोई भी पटवारी एक बंदा सरकार को दो चीज़ां नहीं लै सकता, बतौर नंबर लंबड़दार उन्हें गैर कानूनी ढंग ने 2,01,000 रुपया मान पत्ता लिया, ये तो अपने आप जी गैर कानूनी है, तो यह जो बंदे दे अगर पिछे स्ट्राइक कर रहे हैं पटवारी तो इन्हों लोग किस निगाह ना देखूंगे, मैं सारे अपने सब क्योंकि मेरा मेरे को महकमा आया मैं इन्होंने हाथ जोड़ के बेनती करदा भी आप सीजन है किसानों का इस वेले फसलों का सीजन है फसलों की बिजाई का सीजन है कि इदा ना कर जिन्हें लोगों तकलीफ होी को चंकी गल कर आके जिहड़ियां इन्होंने साढ़े अगे मंगा रखिया सी सरकार नवी नवी आई सी उन्होंने विचार कर रही थी, मुख्यमंत्री जी इन्होंने बहुत अपने डिपार्टमेंटा के नाल बहुत हमदर्दी रखते हैं पटवार पटवारियों नाल भी बहुत हमदर्दी रखते हैं, पर इदा दे काम दे विच आपां इन्हां नूं सपोर्ट नहीं कर सकते इन्हां दी किसी स्ट्राइक नूं,
ਅਗਰ ਇਹਨਾਂ ਨੂੰ ਕੋਈ ਗੱਲ ਹੈ ਆ ਕੇ ਗੱਲ ਕਰ ਸਕਦੇ ਆ। ਜਿਵੇਂ ਉਹਨਾਂ ਨੇ ਕਿਹਾ ਵੀ ਜਿਹੜਾ ਪਟਵਾਰੀ ਨੂੰ ਫੜਿਆ ਗਿਆ, ਹਾਂਜੀ, ਵਿਜੀਲੈਂਸ ਨੇ ਦਫ਼ਤਰ ਬੁਲਾ ਕੇ ਉਹਨਾਂ ਨੂੰ ਬਿਠਾਇਆ, ਪੁੱਛ ਕੇ ਗੱਲਬਾਤ ਕਰਨ ਲਈ ਸੀ, ਤਾਂ ਅਰੈਸਟ ਕੀਤਾ ਗਿਆ, ਨਾ ਕਿ ਉਹ ਰੰਗੇ ਹੱਥੀ ਫੜਿਆ ਗਿਆ। ਜੀ ਬਟ ਜਿਹੜੀ ਵੀਡੀਓ ਜਾਰੀ ਹੋਈ ਆ ਉਹ ਤਾਂ ਰੰਗੇ ਹੱਥੀ ਦੀ ਆ, ਤੁਹਾਡੇ ਸਾਹਮਣੇ ਆ ਵੀਡੀਓ। ਅਗਰ ਉਹਦੀ ਵੀਡੀਓ ਨਾ ਹੁੰਦੀ ਤਾਂ ਸ਼ਾਇਦ ਬਾਕੀ ਵੀ ਉਹ ਗੱਲ ਕਰਦੇ ਵੀ ਚਲੋ ਜੀ ਕਿਸੇ ਦਾ ਵੀਡੀਓ ਦੇਖੋ। ਜਦੋਂ ਆਪਾਂ ਕੋਈ ਅੱਜ ਗੱਲ ਕਰ ਰਹੇ ਹਾਂ ਤੁਹਾਡੀ ਵੀਡੀਓ ਬਣ ਰਹੀ ਹੈ, ਇੱਕ ਆਪਣੇ ਆਪ ਦੇ ਵਿੱਚ ਐਵੀਡੈਂਸ ਬਣ ਜਾਂਦੀ ਹੈ, ਕੋਰਟ ਦੇ ਵਿੱਚ ਵੀ ਐਵੀਡੈਂਸ ਬਣ। ਸੋ ਮੈਂ ਇਹ ਅੱਜ ਅਪੀਲ ਕਰਨ ਲਈ ਸਪੈਸ਼ਲੀ ਜਿਹੜਾ ਹੈ ਇਹ ਅੱਜ ਮੁੱਖ ਮੰਤਰੀ ਜੀ ਦੀ ਉਹਨਾਂ ਨਾਲ ਹੀ ਮੈਂ ਉਹਨਾਂ ਨੂੰ ਪੁੱਛ ਕੇ ਹੀ ਜਿਹੜੀ ਮੀਟਿੰਗ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਆਪਣੇ ਡਿਪਾਰਟਮੈਂਟ ਵੱਲੋਂ। ਸਰ ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਤੁਹਾਡੇ ਵੱਲੋਂ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਸਖਤਾਈ ਖਤਮ ਕਰਨ ਦੀ, ਜੇ ਨਹੀਂ ਵੀ ਉਹ ਖਤਮ ਕਰਦੇ ਉਹਨਾਂ ਵੱਲੋਂ 9 ਤਰੀਕ ਤੋਂ ਦੁਬਾਰਾ ਜਿਹੜੀ ਮੁਕੰਮਲ ਛੁੱਟੀ ਤੇ ਜਾਣ ਦਾ ਉਹਨਾਂ ਵੱਲੋਂ ਐਲਾਨ ਕੀਤਾ ਗਿਆ, ਫਿਰ ਕਿਸ ਤਰ੍ਹਾਂ ਸਰਕਾਰ ਸਖਤੀ ਦਿਖਾਈ? ਬਿਲਕੁਲ ਗਲਤ ਫੈਸਲਾ ਹੋਏਗਾ ਪਟਵਾਰੀਆਂ ਦਾ। ਜਿਹੜੀ ਸਰਕਾਰ ਨੇ ਉਹਨੂੰ ਸਰਵਿਸ ਦਿੱਤੀ ਹੈ ਉਹਦੇ ਨਾਲ ਵੀ ਉਹ ਫਿਰ ਜਸਟੀਫਾਈ ਆਪਣਾ ਉਹਨੂੰ ਜਸਟੀਫਾਈ ਨਹੀਂ ਕਰੂਗੇ, ਕਿਉਂ ਸਰਕਾਰ ਨੂੰ ਕਿਸੇ ਗੱਲ ਉਹਨਾਂ ਦੇ ਇੱਦਾਂ ਦੇ ਜਸਟੀਫਾਈ ਸਰਕਾਰ ਉਹਨਾਂ ਨੇ। ਮੈਂ ਗੱਲ ਤਾਂ ਕਰ ਸਕਦਾ ਮੁੱਖ ਮੰਤਰੀ ਆਪਣੇ ਮਹਿਕਮੇ ਦੇ ਤੌਰ 'ਤੇ ਬਤੌਰ ਮੰਤਰੀ, ਲੇਕਿਨ ਆਪਾਂ ਇਸ ਚੀਜ਼ ਨੂੰ ਜਸਟੀਫਾਈ ਨਹੀਂ ਕਰ ਕਿਸੇ ਵੀ ਤੌਰ 'ਤੇ। ਜੰਪਾ ਸਾਹਿਬ ਤੁਸੀਂ ਉਹ ਗੱਲ ਕੀਤੀ ਹੈ ਵੀ ਜਿਹੜਾ ਉਹਨੇ ਉੱਥੇ ਕਾਰਵਾਈ ਹੋਈ ਹੈ ਜਾਂ ਉਹ ਡਬਲ ਸ਼ਿਫਟ ਕਰਦਾ ਪਿਆ, ਨੰਬਰਦਾਰੀ ਵੀ ਕਰਦਾ ਸੀ ਪਟਵਾਰੀ ਵੀ ਕਰਦਾ ਸੀ ਇਨ ਕੇਸ, ਕਿਉਂਕਿ ਇਹ ਵਿਜੀਲੈਂਸ ਦੀ ਇਨਕੁਆਇਰੀ ਵਿਜੀਲੈਂਸ ਦਾ ਸਿਰਫ ਮਾਮਲਾ ਦਰਜ ਕੀਤਾ ਮਤਲਬ ਐਜ਼ ਏ ਤੁਸੀਂ ਮੰਤਰੀ ਆਪਣੇ ਵਿਹਾਵ 'ਤੇ ਕੀ ਉਹਨਾਂ 'ਤੇ ਕਾਰਵਾਈ ਕਰੋਗੇ, ਕਿਉਂਕਿ ਉਹ ਇਲੀਗਲ ਕੰਮ ਕਰ ਰਿਹਾ ਸੀਗਾ, ਇੱਕ ਤਾਂ ਸੀ ਉਹ ਪਟਵਾਰੀ, ਦੂਸਰਾ ਉਹ ਨੰਬਰਦਾਰੀ, ਤੁਹਾਡੀ ਕੀ ਕਾਰਵਾਈ ਹੋ ਗਈ ਉਹ 'ਤੇ ਆਪਣੀ ਸਰਕਾਰ? ਉਹ ਤਾਂ ਦੇਖੋ ਜਿਹੜੇ ਇੱਦਾਂ ਦਾ ਕੇਸ ਨੌਲੇਜ ਚੱਲਦਾ ਉਹ ਤਾਂ ਕਾਰਵਾਈ ਉਹ ਹੋਣੀ ਤੈਅ ਆ, ਉਹ ਤਾਂ ਕਾਰਵਾਈ ਹੋਏਗੀ ਹੋਏਗੀ। ਤੁਸੀਂ ਜੇਕਰ ਦੋ ਅੱਜ ਕੋਈ ਆਦਮੀ ਸਰਕਾਰ ਦੋ ਡਬਲ ਪੈ ਉਹਦੀ ਨਹੀਂ ਜਾਇਜ਼ ਦਿੰਦੀ ਵੀ ਦੋ ਜਗ੍ਹਾ ਤੋਂ ਸਰਕਾਰ ਦਾ ਬੈਨੀਫਿਟ ਨਹੀਂ ਲੈ ਸਕਦਾ, ਉਹ ਤਾਂ ਕਾਰਵਾਈ ਹੋਣੀ ਹੈ, ਉਹ ਤਾਂ ਤੈਅ ਆ। ਜਿਹੜਾ ਰੈੱਡ ਹੈਂਡਡ ਫੜੇਗਾ ਉਹ ਵੀ ਤੈਅ ਆ, ਉਹਦੇ ਤੋਂ ਤਾਂ ਕੋਈ ਗੱਲ ਨਹੀਂ ਹੋਏਗੀ। ਤਾਂ ਬਾਕੀ ਪਟਵਾਰੀਆਂ ਦੀ ਗੱਲ ਹੋਏਗੀ, ਉਹਨਾਂ ਦੀ ਮੰਗਾਂ 'ਤੇ ਪਹਿਲਾਂ ਆਪਾਂ ਬੈਠ ਚੁੱਕੇ ਹਾਂ। ਇਹ ਵੀ ਇੱਕ ਗੱਲ ਨਿਕਲੀ ਸੀ ਵੀ ਜਿੱਦਾਂ ਤੁਹਾਡੀ ਇੱਕ ਵਿਧਾਇਕ ਨੇ ਗੱਲ ਕੀਤੀ ਸੀ, ਲੇਡੀਜ਼ ਮਹਿਲਾ ਸੀ, ਉਹਨੇ ਕਿਹਾ ਸੀ ਇਨ ਕੇਸ ਅਗਰ ਪਟਵਾਰੀ ਆਪਣੀ ਸਟ੍ਰਾਈਕ ਵਾਪਸ ਨਹੀਂ ਲੈਂਦੇ ਤਾਂ ਲਾਈਨ ਦੇ ਵਿੱਚ ਹੋਰ ਬਹੁਤ ਯੂਥ ਹੈਗਾ ਆ ਜਿਹਨਾਂ ਨੂੰ ਅਸੀਂ ਨੌਕਰੀ ਦੇਣ ਦੀ ਇੱਕ ਪ੍ਰਾਵਧਾਨ ਹੈਗਾ ਸਰਕਾਰ ਕੋਲ, ਉਸਨੂੰ ਵੀ ਨੌਕਰੀ ਦੇ ਸਕਦੇ ਹਾਂ। ਨਹੀਂ ਦੇਖੋ ਅਸੀਂ ਇੱਦਾਂ ਦਾ, ਮੈਂ ਦੇਖੋ ਬੜੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਕਦੀ ਕੋਈ ਕੰਮ ਹਾਰਡ ਐਂਡ ਫਾਸਟ ਹੋ ਕੇ ਨਹੀਂ ਹੁੰਦਾ, ਲੇਕਿਨ ਅਗਰ ਹਾਰਡ ਐਂਡ ਫਾਸਟ ਹੋਣ ਨੂੰ ਕੋਈ ਬੰਦਾ ਮਜ਼ਬੂਰ ਕਰੇ ਤਾਂ ਹੋਇਆ ਵੀ ਜਾਂਦਾ, ਸਰਕਾਰਾਂ ਕਰਦੀਆਂ ਵੀ ਆ, ਹਾਰਡ ਐਂਡ ਫਾਸਟ ਹੁੰਦੀਆਂ ਵੀ ਹੈ, ਲੇਕਿਨ ਅਸੀਂ ਸਾਰਿਆਂ ਸਮਾਜ ਦਾ ਹਿੱਤ ਦੇਖਣਾ, ਮੇਰੀ ਗੱਲ ਸਮਝੋ। ਇਸ ਕਰਕੇ ਮੈਂ ਕਹਿੰਦਾ ਅਸੀਂ ਕਈ ਗੱਲਾਂ 'ਚ ਆਪਾਂ ਲਿਬਰਲ ਹੋ ਕੇ ਚੱਲਦੇ, ਪਰ ਇੱਦਾਂ ਦੀ ਗੱਲ 'ਚ ਆਪਾਂ ਲਿਬਰਲ ਹੋ ਕੇ ਮਾਨ ਜਾਓ ਮੁੱਖ ਮੰਤਰੀ ਜੀ ਨਹੀਂ ਚੱਲੂ।